कोई पाबंदी है वेखण ते? आहो ते भी आराम करो यार, आराम कर। तू तू कर आराम, तेनू आराम क्यों नहीं आंदा भी? तू लेना यार एटीएस यार, मैं लवा ना लवा तू मैनू लैके देना वा। ओहो चंगा कर देन भी, तू को कंपनी दा जिम्मेदार है भी चंगा, तू को कंपनी दा बहुता सियाणा वा। कंपनियां बणियां नू 50-50 सर सर साल हो गए ने, ते तेनू ते ट्रैक्टर दी टेर दा भी नहीं पता होना, ते तू कंपनियां नू की मशवरे देने, तेरे कहण ते कंपनी ने की चंगा करना? तू कड़ियां ऐनकां लाईयां ने, जां तू कड़ा भी कंथां नी बुरकी पाउना, तेनू पता नहीं गा, तेनू कड़ी गल दा नहीं पता? तू वेखदा हां रंग, ते तू 2024 मॉडल दा वेख के ते मुआजना तू आपे कर लई। फिल्टरां दे बारे मैं कहा सी भी फिल्टर एक जिहड़ा वा इहनू थोड़ा वा दो लाए जाण, ਤੇ ਉਹਨਾਂ ਦੇ ਮਨ ਮੇਰ ਪੈ ਗਈ ਗੱਲ। ਹੋ ਸਕਦਾ ਮੇਰੇ ਤੋਂ ਪਹਿਲਾਂ ਵੀ ਉਹਨਾਂ ਕਿਸੇ ਬੰਦੇ ਨੇ ਕਿਹਾ ਹੋਵੇ, ਕੋਈ ਮੈਂ ਇਹ ਨਹੀਂ ਆਂਦਾ ਵੀ ਮੇਰੇ ਕਹਿਣ ਤੇ ਬਦਲੇ ਨੇ, ਔਰ ਜੇ ਮੈਂ ਫਿਰ ਇਹਨੂੰ ਵੇਖਿਆ ਤੇ ਫਿਰ ਇਹ ਜਿਹੜੇ ਬਦਲ ਦਿੱਤੇ ਇਹਦੇ। ਬਾਕੀ ਮੀਆਂ ਐਵੇਂ ਨਹੀਂ ਉਲਟ ਪੁਲਟ ਸਵਾਲ ਕਰੀ ਜਾਈਦੇ, ਤੂੰ ਤਾਂ ਆਂਦਾ ਵੀ ਇਹ ਕੰਪਨੀਆਂ ਦਾ ਛਿੱਤਰੋ ਛਿੱਤਰੀ ਕਿਉਂ ਨਹੀਂ ਹੁੰਦਾ, ਤੇ ਉਹ ਮੈਂ ਹੋਣਾ ਕੋਈ ਨਹੀਂ। ਮੁੜ ਕੇ 2007 ਤੋਂ 2010 ਤੱਕ ਜਿਹੜਾ ਵਾ ਉਹ ਸਮਾਨ ਪਰਕਣ ਦਾ ਆਉਣ ਡਿਆ ਪਿਆ, ਤਾਂ ਆਣ ਕੇ ਇੰਜਣ ਜਿਹੜਾ ਇੱਥੇ ਇਹਦੀ ਜਾਣ ਕੇ ਇੰਜਣ ਇੱਥੇ ਵੱਜਣ ਡਿਆ ਪਿਆ। ਮੁੜ ਕੇ ਉਸ ਤੋਂ ਬਾਅਦ ਫਿਰ ਖੋਤਾ ਘੋੜਾ ਇੱਕ ਹੋ ਗਿਆ। ਤੈਨੂੰ ਪਤਾ ਨਹੀਂ ਕੀ ਮਸਲਾ, ਫੀਅਰ ਤੋਂ ਫੀਅਰ ਤੈਨੂੰ ਕਰੇ ਦੰਦੀਆਂ ਵੜਦਾ ਹੋਈ। ਨਹੀਂ ਵੇਖਣ ਨੂੰ ਵੀ ਮੈਂ ਕਿਸੇ ਦਾ ਮੁੱਲ ਲੱਗਦਾ ਵੀ ਮੈਂ ਆਪਣਾ ਕਿਰਾਇਆ ਭਰ ਕੇ ਗੱਡੀ ਤੇ ਆਇਆ ਤੇ ਮੈਂ ਵੇਖਾਂ ਨਾ ਵੇਖਣ ਚ ਕੀ ਹਰਜਾ ਮੈਨੂੰ। ਅਸਲਾਮ ਅਲੈਕੁਮ ਜੀ, ਪੈਰਾਗੋਨ ਆਟੋ ਯੂਟਿਊਬ ਦੇ ਦੇਖਣ ਵਾਲੇ ਦੋਸਤਾਂ ਨੂੰ ਖੁਸ਼ਾਮਦੀਦ। ਲੋ ਦੋਸਤੋ, ਰਦਾਵਾ ਸਾਹਿਬ ਆਪਣੇ ਨਾਲ ਆ ਗਏ ਆ। ਫੀਅਰ ਇਹਨਾਂ ਨੇ ਲਿਆ ਵਾ, ਇਹਨਾਂ ਕੋਲ ਇੱਕ ਫੀਅਰ ਆ ਤੇ ਹਰ ਵਾਰੀ ਇਹ ਤਾਰੀਫਾਂ ਕਰਦੇ ਆ ਫੀਅਰ ਦੀਆਂ, ਤੇ ਅੱਜ ਆਪਾਂ ਇਹਨੂੰ ਇੱਕ ਦਰਬਾਰ ਸ਼ਰੀਫ ਤੇ ਲੈ ਗਏ। ਆਪਾਂ ਤੈਨੂੰ ਇਸ ਵਰਕਸ਼ਾਪ ਨੂੰ ਦਰਬਾਰ ਸ਼ਰੀਫ ਹੀ ਕਹਿੰਦੇ ਆ ਜੀ। ਹੁਣ ਤੁਸੀਂ ਸਾਡੀ ਵੀਡੀਓ ਦੇ ਵਿੱਚ ਜਦੋਂ ਵੀਡੀਓ ਵੇਖੋਗੇ, ਇਸ ਨੂੰ ਆਪਾਂ ਦਰਬਾਰ ਸ਼ਰੀਫ ਹੀ ਗਿਣਾਂਗੇ। ਇਹ ਜਿਹੜੀ ਵਰਕਸ਼ਾਪ ਆ ਨਦੀਮ ਸਾਹਿਬ ਵਾਲੀ, ਠੀਕ ਆ ਜੀ, ਇੱਥੋਂ ਬੜੇ ਬੜੇ ਜਿਹੜੇ ਜਿਹਨਾਂ ਰੋਗਾਂ ਦੇ ਇਲਾਜ ਨਹੀਂ ਸੀ ਨਾ ਜੀ, ਉੱਥੋਂ ਇਲਾਜ ਹੋ ਜਾਂਦੇ ਆ। ਤੇ ਬਾਕੀ ਰਦਾਵਾ ਸਾਹਿਬ ਸਾਡੇ ਨਾਲ, ਇਹਨਾਂ ਕੋਈ ਇੱਕ ਗੱਲ ਪੁੱਛਣੀ ਆ। ਇਹਨਾਂ ਨੇ ਇੱਕ ਫੀਅਰ ਲਿਆ ਤੇ ਬਹੁਤ ਵਧੀਆ ਤਾਰੀਫਾਂ ਕਰਦੇ ਆ। ਬਾਕੀ ਹੁਣ ਇਹ ਟਰੈਕਟਰਾਂ ਦੇ ਬਾਰੇ ਨਾਲ ਗੱਲਬਾਤ ਕਰਦੇ। ਅਸਲਾਮ ਅਲੈਕੁਮ ਰਦਾਵਾ ਸਾਹਿਬ। ਵਾਲੇਕੁਮ ਸਲਾਮ ਜੀ। ਰਦਾਵਾ ਸਾਹਿਬ, ਸੁਣਿਆ ਤੁਸੀਂ ਫੀਅਰ ਰੱਖਿਆ ਵਾ, ਤੇ ਜਦੋਂ ਵੇਲ ਫੀਅਰ ਦੇ ਤਾਰੀਫਾਂ ਕਰਦੇ ਰਹਿੰਦੇ ਹੋ, ਆ ਮੈਸੀ ਨੂੰ ਕੀ ਮਾਮਲਾ ਵਾ, ਕੀ ਇਹ ਮਾੜਾ ਵਾ? ਨਹੀਂ ਮੀਆਂ ਸਾਹਿਬ, ਪਹਿਲੀ ਤਾਂ ਗੱਲ ਆ, ਤੈਨੂੰ ਪਤਾ ਨਹੀਂ ਕਿਹੜਾ ਕੰਜਰ ਦੱਸ ਗਿਆ ਵੀ ਮੈਂ ਇਹ ਫੀਅਰ ਰੱਖਿਆ ਵਾ। ਗਾਜ਼ੀ ਟਰੈਕਟਰ ਆਪਣੇ ਕੋਲ 265 ਆ, 260 ਚ ਜ਼ਿਆਦੀ ਗੱਡੀ ਆ, ਤੇ ਬਾਕੀ 85 ਆਪਾਂ 2 ਦਿਨ ਪਹਿਲਾਂ ਲਿਆ ਵਾ ਇਹ ਟਰੈਕਟਰ ਆਪਣੇ ਕੋਲ, ਔਰ ਨੈਕਸਟ ਟਾਈਮ ਆਪਾਂ ਲਵਾਂਗੇ ਆ 290। ਉਹ ਥੋੜਾ ਜਿਹਾ 85 ਨੂੰ ਹੰਡਾ ਲਈਏ, ਫਿਰ ਲਵਾਂਗੇ 290। ਨਹੀਂ ਉਹ ਵੇਖੋ ਜੀ, ਉਹ ਹਰ ਬੰਦਾ ਜਿੱਦਾਂ ਹੁੰਦਾ ਵਾ, ਕਹਿ ਲਓ ਵੀ ਇੱਕ ਤੁਸੀਂ ਅਦਾਰੇ ਦੇ ਵਿੱਚ ਹੀ ਬੰਦਾ ਹੁੰਦਾ ਵਾ, ਇੱਕ ਜਿਹੜਾ ਸਕਿਉਰਟੀ ਗਾਰਡ ਹੁੰਦਾ ਵਾ ਉਹਦੀ ਸਕਿਉਰਟੀ ਗਾਰਡ ਦੀ ਡਿਊਟੀ ਹੁੰਦੀ ਆ, ਜਿਹੜਾ ਅੰਦਰ ਮੈਨੇਜਰ ਹੁੰਦਾ ਉਹਦੀ ਮੈਨੇਜਰ ਦੀ ਹੁੰਦੀ, ਜਿਹੜਾ ਮੁਨਸ਼ੀ ਹੁੰਦਾ ਉਹਦੀ ਮੁਨਸ਼ੀ ਦੀ ਹੁੰਦੀ ਆ। ਇਸੇ ਤਰ੍ਹਾਂ ਹੀ ਟਰੈਕਟਰਾਂ ਦੇ ਵਿੱਚ ਵੀ ਕੈਟਾਗਰੀਆਂ ਹੁੰਦੀਆਂ ਨੇ। ਕੁਛ ਟਰੈਕਟਰ ਜਿਹੜੇ ਆ ਉਹ ਥ੍ਰੈਸ਼ਰ ਦੇ ਚੰਗੇ, ਪੀਟੀਓ ਦੇ ਚੰਗੇ ਨੇ, ਕੁਛ ਟਰੈਕਟਰ ਜਿਹੜੇ ਟਰਾਲੀ ਦੇ ਚੰਗੇ ਨੇ, ਟਰਾਲੀ ਦੇ ਚੰਗੇ ਨੇ। ਇਸੇ ਤਰ੍ਹਾਂ ਹੀ ਆਣ ਕੇ ਜਿਹੜੇ ਆ ਉਹ ਕੁਆਲਿਟੀਆਂ ਅੱਗੋਂ ਆ ਜਾਂਦੀਆਂ ਨੇ। ਸਰ ਦਾਵਾ ਸਾਹਿਬ, ਤੁਸੀਂ ਮੈਨੂੰ ਇਹ ਗੱਲ ਦੱਸੋ, ਤੁਸੀਂ ਐਵੇਂ ਨਿੱਕੀ ਜੀ ਗੱਲ ਤੇ ਚਿੜ ਕਿਉਂ ਜਾਂਦੇ ਹੋ? ਨਹੀਂ ਤੁਹਾਡੇ ਘਰ ਦਾ ਫੀਅਰ ਠੀਕ ਹੈ ਤੇ ਵਿਚਾਰ ਉਹ ਨਹੀਂ ਚਿੜ ਉਹੋ ਯਾਰ, ਚਿੜਨ ਵਾਲੀ ਕਿਹੜੀ ਗੱਲ ਆ ਵੀ ਫੀਅਰ ਅਸੀਂ ਲਈਦਾ ਤੇ ਵੇਚ ਲਈਦਾ, ਆਪਣਾ ਲੈਣ ਦੇਣ ਕਰ ਲਈਦਾ, ਕੋ ਰੋਜੀ ਰੋਟੀ ਲੱਭੇ ਤੇ ਦੇ ਲਈਦਾ ਵੇਚ ਲਈਦਾ, ਤੇ ਤੂੰ ਤੂੰ ਤੈਨੂੰ ਪਤਾ ਨਹੀਂ ਕੀ ਮਸਲਾ, ਫੀਅਰ ਤੋਂ ਫੀਅਰ ਤੈਨੂੰ ਕਰੇ ਦੰਦੀਆਂ ਵੜਦਾ ਹੋਈ। ਸਾਡੇ ਲਈ ਤਾਂ ਸਾਰੀਆਂ ਕੰਪਨੀਆਂ ਚੰਗੀਆਂ ਜੀ, ਅਸੀਂ ਤਾਂ ਸਿਰਫ ਇਹ ਕਹਿੰਦੇ ਆ ਕਿ ਠੀਕ ਕਰ ਦੇਣ, ਥੋੜਾ ਜਿਹਾ ਹੋਰ ਚੰਗਾ ਕਰ ਦੇਣ। ਤੈਨੂੰ ਪਤਾ ਨਹੀਂ ਕਾਹਦੀ ਐਵੇਂ ਚਿੜ ਚੜ ਜਾਂਦੀ ਹੈ ਮੇਰੀ ਗੱਲ? ਉਹ ਚੰਗਾ ਕਰ ਦੇਣ ਵੀ ਤੂੰ ਕੰਪਨੀ ਦਾ ਜ਼ਿੰਮੇਦਾਰ ਆ ਵੀ ਚੰਗਾ, ਤੂੰ ਕੰਪਨੀ ਦਾ ਬਹੁਤਾ ਸਿਆਣਾ ਵਾ। ਕੰਪਨੀਆਂ ਬਣੀਆਂ ਨੂੰ 50-50 ਸਰ ਸਰ ਸਾਲ ਹੋ ਗਏ ਨੇ, ਤੇ ਤੈਨੂੰ ਤੇ ਟਰੈਕਟਰ ਦੀ ਟੇਰ ਦਾ ਵੀ ਨਹੀਂ ਪਤਾ ਹੋਣਾ, ਤੇ ਤੂੰ ਕੰਪਨੀਆਂ ਨੂੰ ਕੀ ਮਸ਼ਵਰੇ ਦੇਣੇ, ਤੇ ਤੇਰੇ ਕਹਿਣ ਤੇ ਕੰਪਨੀ ਨੇ ਕੀ ਚੰਗਾ ਕਰਨਾ? ਨਹੀਂ ਵੇਖਣ ਨੂੰ ਵੀ ਮੈਂ ਕਿਸੇ ਦਾ ਮੁੱਲ ਲੱਗਦਾ ਵੀ ਮੈਂ ਆਪਣਾ ਕਿਰਾਇਆ ਭਰ ਕੇ ਗੱਡੀ ਤੇ ਆਇਆ ਤੇ ਮੈਂ ਵੇਖਾਂ ਨਾ ਵੇਖਣ ਚ ਕੀ ਹਰਜਾ ਮੈਨੂੰ? ਕੋਈ ਪਾਬੰਦੀ ਆ ਵੇਖਣ ਤੇ? ਆਹੋ ਤੇ ਵੀ ਆਰਾਮ ਕਰੋ ਯਾਰ, ਆਰਾਮ ਕਰ, ਤੂੰ ਕਰ ਆਰਾਮ, ਤੈਨੂੰ ਆਰਾਮ ਕਿਉਂ ਨਹੀਂ ਆਉਂਦਾ ਵੀ? ਤੂੰ ਲੈਣਾ ਯਾਰ ਏਟੀਐਸ ਯਾਰ, ਮੈਂ ਲਵਾਂ ਨਾ ਲਵਾਂ ਤੂੰ ਮੈਨੂੰ ਲੈ ਕੇ ਦੇਣਾ ਵਾ। ਚੱਲ ਤਾਂ ਨੇੜੇ ਹੋ ਗਏ, ਹਾਥ ਅੱਜ ਕੀ ਕੀਤਾ 85 ਜੀ ਪਰਕਨ ਸੰਭਲ ਆ, 2006 ਦਾ ਮਾਡਲ ਆ। ਥੋੜਾ ਪਰਕਨ ਬਾਰੇ ਸਮਝਾ ਦਿਓ, ਪਰਕਨ ਹੁੰਦਾ ਕੀ ਸੀਗਾ? ਪਰਕਨ ਬਸ ਪਰਕਨ ਹੁੰਦਾ ਸੀ, ਸਮਝਾਉਣਾ ਮੈਂ ਕੀ ਆ? ਤਰੀਕੇ ਨਾਲ ਸਮਝਾ ਦਿਓ ਹੋਰ ਜੇ। ਤਰੀਕੇ ਦਾ ਪਰਕਨ ਇਹ ਹੀ ਆ ਵੀ ਇਹ ਜਿਹੜੇ ਇੰਜਣ ਆ ਪਰਕਨ ਦੇ ਹੁੰਦੇ ਹੁੰਦੇ ਸੀ, ਇਹ ਤਕਰੀਬਨ 2007 ਤੱਕ ਗਾਲਬਨ ਜਿਹੜਾ ਵਾ ਇੰਜਨ ਪਰਕਣ ਚੋਂ ਤਿਆਰ ਹੋ ਕੇ ਵੱਜ ਕੇ ਆਉਂਦਾ ਹੁੰਦਾ ਸੀ ਪਿੱਛੋਂ ਪਰਕਣ ਚੋਂ। ਮੁਲਕ ਮੇਰਾ ਸੀ ਇੰਗਲੈਂਡ ਤੋਂ, ਜਾਂ ਮੈਨੂੰ ਕਨਫਰਮ ਨਹੀਂ ਵੀ ਹੁਣ ਕਿਹੜੇ ਮੁਲਕ ਤੋਂ, ਮੈਂ ਐਵੇਂ ਇੰਗਲੈਂਡ ਕਹਿਦਾ ਤੇ ਤੁਹਾਨੂੰ ਆਦਤ ਹੈ ਨਾ ਐਵੇਂ ਇੰਗਲੈਂਡ ਕਹਿ ਵੀ ਦੋ ਤੇ ਲੋਕਾਂ ਨੂੰ ਕਿਹੜਾ ਫਰਕ ਪੈ ਜਾਣਾ ਵਾ, ਕਹਿ ਦੋ। ਨਹੀਂ ਨਹੀਂ ਹੋ ਸਕਦਾ ਇੰਗਲੈਂਡ ਹੀ ਹੋਵੇ ਨਾ, ਵੀ ਗੱਲ ਕਰਨ ਦਾ ਮਕਸਦ ਮੈਂ ਤੈਨੂੰ ਪਰਕਣ ਦੇ ਬਾਰੇ ਦੱਸਣਾ ਨਾ। ਅੱਛਾ ਜੀ, ਦੱਸੋ। ਪਰਕਣ ਦਾ 2007 ਤੱਕ ਜੀ ਪਰਕਣ ਦਾ ਹੁੰਦਾ ਸੀ ਇੰਜਣ, ਤੇ ਆਣ ਕੇ ਜਿਹੜਾ ਉਹ ਫਿੱਟ ਇੱਥੇ ਹੁੰਦਾ ਸੀ, ਯਾਨੀ ਕਿ ਇੰਜਣ ਵੱਜਾ ਵਜਾਇਆ ਹੁੰਦਾ ਸੀ ਤੇ ਬਾਕੀ ਟਰੈਕਟਰ ਇੱਥੇ ਤਿਆਰ ਹੋਇਆ ਤੇ ਉਹਦੇ ਨਾਲ ਫਿੱਟ ਹੋ ਗਿਆ।
मुड़ के 2007 तो 2010 तक जिहड़ा वा उह समान परकन दा आउंदा पिया तां के इंजन जिहड़ा इत्थे इहदी जन के इंजन इत्थे बजन डै पिया। मुड़ के उत्तों बाद फिर खोता घोड़ा एक हो गया, बराबर हो गया। बाकी ये तेनू को मसला हैगा मेरे नाल जां फियर ना तो वो मैनू दस दे, तू खुल के वो भी तेरा हल कर देने यार। धावा साहब यार एवी तुसी जिन्नू दिल करदा चक देंदे हो, जिन्नू दिल करदा सुट देंदे हो। मैं ये भी कहना कि इहदा रंग जिहड़ा कंपनी वाले नूं चंगा है, कोई इंज दी गल यार मैं किद्दां कहना भी तू कड़ियां ऐनकां लाईयां ने जां तू कड़ा भी कंथां नी बुरकी पाउंदा, तेनू पता नीगा, तेनू कड़ी गल दा नी पता, तू वेखदा हां रंग ते तू 2024 माडल दा वेख के ते मुआजना तू आपे कर ली। रंग दा आ रंग नजर आउण डिया तेनू, बाकी आ पेंट क्वालिटी आ जा वेख रंग इधर अगले बंदे हाथ फेर के वेख तेन इंज ही लगूगा जिवें तू टूटी गड्डी ते हाथ फेरन डिया। बाकी मियां एवें नहीं उल्ट पुल्ट सवाल करी जाई, ते तू ते आना भी ये कंपनियां दा छितरो छितरी क्यों नहीं हुंदा, ते वो मैं होना कोई नहीं। स्टीकर बदल देंगे भी अलावा होर बंद ने भी क्या वा, काफी बंद ने क्या वा स्टीकर और स्टीकर जरा बदल देंगे। ਉਹ ਜੀ ਵੇਖੋ ਉਹ ਮੈਂ ਮੇਰੀ ਗੱਲ ਹੋਈ ਸੀ ਨਦੀਮ ਸਾਹਿਬ ਦੇ ਨਾਲ, ਆ ਆ ਫਿਲਟਰਾਂ ਦੇ ਬਾਰੇ ਮੈਂ ਕਿਹਾ ਸੀ ਵੀ ਫਿਲਟਰ ਇੱਕ ਜਿਹੜਾ ਵਾ ਇਹਨੂੰ ਥੋੜ੍ਹਾ ਵਾ ਦੋ ਲਾਏ ਜਾਣ, ਅਤੇ ਉਹਨਾਂ ਦੇ ਮਨ ਮੇਰ ਪੈ ਗਈ ਗੱਲ। ਹੋ ਸਕਦਾ ਮੇਰੇ ਤੋਂ ਪਹਿਲਾਂ ਵੀ ਉਹਨਾਂ ਕਿਸੇ ਬੰਦੇ ਨੇ ਕਿਹਾ ਹੋਵੇ, ਕੋਈ ਮੈਂ ਇਹ ਨਹੀਂ ਆਉਂਦਾ ਵੀ ਮੇਰੇ ਕਹਿਣ 'ਤੇ ਬਦਲੇ ਨੇ, ਔਰ ਜੇ ਮੈਂ ਫਿਰ ਇਹਨੂੰ ਵੇਖਿਆ ਤਾਂ ਫਿਰ ਇਹ ਜਿਹੜੇ ਆ ਬਦਲ ਦਿੱਤੇ ਇਹਦੇ। गुस्सा नहीं, गुस्सा गुस्से जो सवाल तू गुस्से वाला करना तो मैं गुस्सा करना ही जो तू गलत यार यार घूरन वाली गल नहीं गी। हुण आ क्रैंक पई वे हां आ पांच बंदे जोड़ कठे दा क्रैंक उड्डी आ आ क्रैंक पई है, फिर तू आना भी तू बोलदा आ क्रैंक पई ते तू मैनूं आउंदा क्या भी इह आ केम शाफट कित्थों आई आ। हुण नहीं पता रधावा साहब जिहड़ी इह क्रैंक वा इहनूं आउंदे आ क्रैंक, ते वड्डी क्रैंक पहाड़ी क्रैंक इह कि जहाजू दी होऊ मेरा तां ख्याल आ, हुण पता नहीं इह को क्रैंकू आ क्रैंक कित्थों आ। अगे अगे आ जिहड़ी तू केम वाली गल करदा मैं तैनूं केम दसदा केम किहनूं आउंदे आ, आ केम ही आ केम पई हो इन्हां नूं आंदे कनैक्टर राड, जिहड़े आंदे ट्रैक्टर दा पीस वगैरह फिर गया इत्थे दे पीस हुंदे बिगन पीस आंदे उहनां नूं, आ पिन्ना ही गजन पिन्ना आंदे ही इन्हां नूं, इह जिहड़े पिस्टम दे विच ते कनैक्टर राड दे अंदर पैंदी आ, यानि कि इह कहिंदा कनैक्टर राड दा ते पिस्टम दा जिहड़ा वा ना तल्ला कप चों दी जोड़दी आ गजन पिन। बाकी होर को पुछनी गल तां मैं तुहानूं दस दस दिया, बाकी बाकी आ क्लच प्लेट पई हो आ क्लच प्लेट ही हो इहनूं क्लच प्लेट आंदे जी। हां जी अच्छा हुण मैं तुहानूं फिंगरां दा वी दसदा फिंगर किहनां नूं आंदे आ, आ फिंगर ही इन्हां नूं फिंगर आंदे जी, इह जदों आंदे ना फिंगर उड गया फिंगर घस गया क्लच काम नहीं करदा आ चीज़ जिहड़ी अगों घस जांदी आ चीज़ घस जांदी फिर क्लच काम छड जांदा। बाकी मैं तुहानूं होर वी दसदा वां जिहड़ियां टैक्नीकल चीज़ां वां, अल्लाह दी मेहरबानी नाल आपां एवें कोई डंगर चार दित्ते नहीं उठ के आ गए, अपना तजर्बा वा इन्हां कम्मां दे बारे भावें उम्र थोड़ी आ पर तजर्बा साडा बहुत आ। बाकी आ पिस्टम पए जी अच्छा आ पिस्टम पए आ जिहड़े आपां कही देना भी तिना रिंगां वाले चौवां रिंगां वाले ओह की आ, आ पिस्टम दे एक रिंगा पै गया दूसरा रिंगा पै गया तीसरा रिंगा पै गया इह वा तीन रंग तीन रिंग, कई जिहड़े इत्थे झरी मरवा के चार रिंग करवा लैंदे इहनां नूं
ਉਹ ਮੇਰੇ ਹਿਸਾਬ ਨਾਲ ਤੋਂ ਉਹਦੇ ਨਾਲ ਜਿਹੜਾ ਵਾ ਕ੍ਰੈਂਕ ਤੇ ਥੋੜਾ ਜਿਹਾ ਲੋਡ ਵੱਧ ਜਾਂਦਾ ਵਾ। ਬਾਕੀ ਅੱਗੇ ਆ ਤੈਨੂੰ ਹੋਰ ਕੋ ਵਿਖਾਲ ਦੇਾਂਗੇ ਸਿਸਟਮ ਸਾਰਾ। ਆ ਬਲਾ ਕੀ 6 ਸਿਲੰਡਰ ਤੇ ਨਿਊ ਹਾਲੈਂਡ ਹਾਰਵੈਸਟਰ ਦਾ ਮੇਰਾ ਖਿਆਲ ਆ। ਆ ਸਲੀਪਾਂ ਲੱਗਣ ਡਈਆਂ ਆਂ, ਆ ਬੋਰ ਕਰਕੇ ਦੇ ਚ ਸਲੀਪਾਂ ਲਾਉਣਗੇ ਨਵੀਆਂ। ਅੱਗੇ ਆ ਜੇ ਤੇ ਹੈਡ ਤੈਨੂੰ ਵਿਖਾਲ ਦਾਂ ਜੇ ਹੈਡ ਕਿਤੇ ਹੋਇਆ ਤੇ ਚਾਹੀਦਾ। ਆ ਲੈ ਆ ਇੱਧਰ ਆ ਜਾ, ਹੈਡ ਵੀ ਲੱਭ ਗਿਆ ਜੀ। ਲੈ ਆ ਹੈਡ ਹੀ ਓ, ਆ ਹੈਡ ਹੀ ਓ, ਆ ਵਾਲ ਹੀ ਓ। ਇਹਦੇ ਇੱਥੇ ਇਹਦੇ ਅੰਦਰ ਇੱਥੋਂ ਥੱਲੇ ਕਰਕੇ ਦਿਖਾ ਲੈ, ਇਹਦੇ ਅੰਦਰ ਸੀਟਾਂ ਲੱਗਦੀਆਂ ਜੀ। ਅਗਰ ਅਗਰ ਇੰਜਨ ਤੁਹਾਡਾ 3 ਸਿਲੰਡਰ ਆ ਤੇ ਉਹਦੇ 'ਚ 6 ਵਾਲ ਹੋਣੇ ਜੀ, 4 ਸਿਲੰਡਰ ਹੀ ਤਾਂ 8 ਵਾਲ ਹੋਣੇ ਜੀ, 6 ਸਿਲੰਡਰ ਹੀ ਤਾਂ 12 ਵਾਲ ਹੋਣੇ ਜੀ। ਬਾਕੀ ਤੈਨੂੰ ਹੁਣ ਮੱਟਾ ਵਟ ਘੋੜੀਆਂ ਵਿਖਾਲਦਾ ਵਾ, ਹੁਣ ਤੂੰ ਕੀ ਕਹੇਗਾ ਵੀ ਮੈਨੂੰ ਇਹ ਦੱਸਦਾ ਕਿਉਂ ਨਹੀਂ ਗੱਲਾਂ। ਇੱਧਰ ਕੋ ਆ, ਕੋਈ ਇੰਜਨ ਵੱਜਣ ਡਿਆ ਹੋਵੇ। ਲੈ ਆ ਹੈਡ ਹੀ ਇੱਧਰ ਆਇਆ, ਲੱਭ ਗਿਆ ਸੌਦਾ। ਇਹਦੇ ਉੱਤੇ ਹੁੰਦੀਆਂ ਟੈਬਰ ਘੋੜੀਆਂ, ਇੱਥੇ ਇਹਦੇ ਲੱਗੀਆਂ ਨਹੀਂ, ਆ ਵਾਲਾਂ ਦੇ ਉੱਤੇ ਹੁੰਦੀਆਂ, ਵਾਲਾਂ ਨੂੰ ਜਿਹੜੀਆਂ ਕੰਟਰੋਲ ਕਰਦੀਆਂ। ਤੂੰ ਮੀਆਂ ਕਰਦਾ ਮੇਰੀਆਂ ਗੱਲਾਂ ਨੂੰ ਮਾਹੌਲ ਸਮਝਦਾ, ਅਤੇ ਅੱਲਾ ਦੀ ਮਿਹਰਬਾਨੀ ਨਾਲ ਕੋਈ 100 ਦੇ ਵਿੱਚੋਂ ਬਹੁਤਾ ਨਹੀਂ ਤੇ 80% ਤਾਂ ਮੈਂ ਜਾਣਦਾ ਇਹਨਾਂ ਚੀਜ਼ਾਂ ਨੂੰ ਪਤਾ। ਆਪਣੇ ਲੱਗਿਆ ਲੈ ਹੁਣ ਉਹ ਗੱਲ ਨਾ ਕਰਿਓ ਜੇ ਤੋਂ ਲੋਕ ਹੱਸਣ। ਸਲੀਮ ਸਾਹਿਬ ਆ ਮੇਰੀ ਗੱਲ ਸੁਣ ਲੈ, ਮੈਂ ਤੂੰ ਟੈਬਡਾਂ ਦੀ ਗੱਲ ਦੱਸਣ ਲੱਗਾ। ਆ ਘੋੜੀਆਂ ਹੁੰਦੀਆਂ ਹੀ ਓ, ਇੱਥੋਂ ਇਹਨਾਂ ਦੀਆਂ ਟੈਬਡਾਂ ਕਰੀਦੀਆਂ, ਆ ਰਜਿਸਟਾਂ ਹੀ ਓ, ਜਿੰਨੀ ਕੁ ਜ਼ਰੂਰਤ ਹੁੰਦੀ ਹੈ ਇਹਨਾਂ ਕੋਲ ਹੁੰਦੇ ਵਗੈਰਾ, ਇੱਥੇ ਪੱਤਰੀਆਂ ਵਗੈਰਾ ਹੁੰਦੀਆਂ, ਸਾਇਜ਼ ਹੁੰਦਾ ਵਿੱਚ ਦੇ ਕੇ ਤੋਂ ਟੈਬਡ ਕਰ ਲੈਂਦੇ ਨੇ। ਕਈਆਂ ਜਿਹੜੇ ਬਹੁਤੇ ਤਗੜੇ ਮਿਸਤਰੀ ਹੁੰਦੇ ਸਲੀਮ ਸਾਹਿਬ ਵਰਗੇ, ਉਹਨਾਂ ਨੂੰ ਵੈਸੇ ਵੀ ਤਜਰਬਾ ਹੁੰਦਾ, ਆਪਣੇ ਤਜਰਬੇ ਹਿਸਾਬ ਨਾਲ ਟੈਬਡ ਕਰ ਲੈਂਦੇ ਆ। ਇੱਥੇ ਇਹਦੇ ਵਿੱਚ